ਕੀ ਸਸੀ ਗਾਜੀ ਸਾਰਿਆਂ ਨੂੰ ਅਗਲੇ ਮਹੀਨੇ ਦੀ ਪੈਨਸ਼ਨ ਤੇ ਵੱਡੀ ਅਪਡੇਟ ਅਨਾ ਸਾਂਝੀ ਕਰਨ ਜਾ ਰਹੇ ਆਂ ਜੀ ਅਗਲੇ ਮਹੀਨੇ ਲੋਕਾਂ ਦੇ ਖਾਤਿਆਂ ਵਿੱਚ ਕਿੰਨੀ ਪੈਨਸ਼ਨ ਪਾਈ ਜਾਏਗੀ ਸਾਰੀ ਡਿਟੇਲ ਅਪਡੇਟ ਅਨਾ ਸਾਂਝੀ ਕਰਨ ਜਾ ਰਹੇ ਆਂ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉੱਤੇ ਪਹਿਲੀ ਵਾਰ ਆਏ ਹਨ ਕਿਭਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਕੀਮ ਜਾਂ ਅਪਡੇਟ ਪਾਈ ਜਾਂਦੀ ਹੈ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਚਲੋ ਚੱਲਦੇ ਆਂ ਸਿੱਧਾ ਵੀਡੀਓ ਤੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲਈਏ 11000 ਮਹਿਲਾ ਸਕੀਮ ਤੇ 11000 ਪ੍ਰਤੀ ਮਹੀਨਾ ਜਿਹੜੀ ਮਹਿਲਾ ਸਕੀਮ ਹੈ ਜਲਦੀ ਹੀ ਪੰਜਾਬ ਦੇ ਵਿੱਚ ਲਾਗੂ ਹੋਣ ਜਾ ਰਹੀ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਮਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰ ਮਹਿਲਾਵਾਂ ਨੂੰ 11000 ਪ੍ਰਤੀ ਮਹੀਨਾ ਦਿੱਤੇ ਜਾਵੇਗਾ ਤੇ ਇਹ ਸਕੀਮ ਜਿਹੜੀ ਆ ਜਲਦੀ ਹੀ ਦਿੱਲੀ ਵਿੱਚ ਸ਼ੁਰੂ ਹੋਣ ਜਿਹੜੀ ਉਸ ਤੋਂ ਬਾਅਦ ਜਿਹੜੀ ਆ ਪੰਜਾਬ ਦੇ ਵਿੱਚ ਇਹ ਸਕੀਮ ਦੇਖਣ ਨੂੰ ਮਿਲ ਸਕਦੀ ਹੈ ਹੋ ਸਕਦਾ ਹੈ ਜੀ ਅਗਲੇ ਮਹੀਨੇ ਤੋਂ ਹੀ ਲੋਕਾਂ ਦੇ ਖਾਤਿਆਂ ਵਿੱਚ ਜਿਹੜੇ ਆ ਮਹਿਲਾਵਾਂ ਦਿਖਾਤੇ ਵਿੱਚ 1.1000 ਪ੍ਰਤੀ ਮਹੀਨਾ ਆਉਣ ਲੱਗ ਗਏ ਤੇ 2500 ਪੈਨਸ਼ਨ ਤੇ ਦੱਸ ਦਈਏ ਕਿ ਕੀ ਅਪਡੇਟ ਨਿਕਲ ਕੇ ਆਈ ਹੈ ਜੀ 2500 ਪੈਨਸ਼ਨ ਜਿਹੜੀ ਆ ਉਹ ਵੀ ਜਲਦੀ ਹੀ ਜਿਹੜੀ ਪੰਜਾਬ ਵਿੱਚ ਹੋਣ ਜਾ ਰਹੀ ਹੈ ਕਿਉਂਕਿ ਕਾਫੀ ਚਿਰ ਤੋਂ ਇਸ ਨੂੰ ਲੈ ਕੇ ਮੰਤਰੀ ਮੰਡਲ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਤੇ ਬਜਟ ਦੇ ਵਿੱਚ ਵੀ ਇਸ ਨੂੰ ਖਾਸ ਜਿਰਾਵਾ ਰੱਖਿਆ ਗਿਆ ਸੀ ਤੇ 31 ਮਾਰਚ ਤੱਕ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੈ ਜੀ 31 31 ਮਾਰਚ ਤੋਂ ਬਾਅਦ ਜਦੋਂ ਵੀ ਇਸ ਦੀ ਕੋਈ ਵੀ ਅਪਡੇਟ ਨਿਕਲਦੀ ਹੈ ਇਹ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਹੀ ਚੈਨਲ ਉੱਤੇ ਪ੍ਰੋਵਾਈਡ ਕਰ ਦਿੱਤੀ ਜਾਏਗੀ ਜੀ ਤੇ ਬਾਕੀ ਕਮੈਂਟਾਂ ਵਿੱਚ ਜ਼ਰੂਰ ਤੋਂ ਲਿਖ ਦੇਣਾ ਜੀ ਕਿ ਤੁਹਾਨੂੰ ਕਿੰਨੀ ਪੈਨਸ਼ਨ ਆਈ ਹੈ ਤੇ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਬਲੋ ਕਰਦੇ ਆ ਤਾਂ ਜੋ ਬਾਕੀਆਂ ਨੂੰ ਇਸ ਦਾ ਲਾਭ ਹੋ ਸਕੇ ਇਹ ਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਨੂੰ ਸੰਜੀਕ ਕਰਨੀ ਸੀ ਜੀ ਮਿਲਦੇ ਆ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ